जेकर सरकार प्रशासन ने उहदे बणदे डेरे ते पाबंदी ना लई उत्थे खून खराबा होगा। खून खराबे का जिम्मेवार भगवंत मान ते उहदा सरकार का प्रशासन होगा। सरकारां लारा कुछ लाउंदियां वा कहिंदियां कुछ आ करदियां कुछ आ। जदों आई जी परमार की जिहड़ी सैट आ उहने उहनूं दोषी करार देता, मास्टरमाइंड करार देता, ते जे जिहड़ा बंदा मास्टरमाइंड करार दे दित्ता गया वा ते फिर उहदियां जिहड़ियां चुंझ चर्चा हैगियां जिहनूं इह नाम चर्चा कहिंदे उह क्यों हुंदियां। सानू हर तरह का विश्वास उन्होंने दवाया भी असीं कानूनी कार्रवाई करांगे, पर जिहड़ी इमारत बणदी आ उहदी उसारी ते भी रोक लाई। ਉਹ ਕੋਈ ਨਾ ਕੋਈ ਸਾਧਨ ਬਣਾਉਂਦੇ ਰਹਿੰਦੇ ਆ ਵੀ ਕੋਈ ਢੰਗ ਤਰੀਕਾ ਸਾਡੇ ਪ੍ਰਚਾਰ ਦਾ ਸਾਨੂੰ ਖੜਨ ਨੂੰ ਜਗ੍ਹਾ ਮਿਲੇ। ਆਉਣ ਵਾਲੇ ਸਮੇਂ 'ਚ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਹੋ ਸਕਦਾ ਪੁਰਾਣਿਆਂ ਵਾਲੇ ਬੰਨੇ ਨੂੰ ਜਾਈਏ ਵੀ ਪੁਰਾਣੇ ਕਿਵੇਂ ਬੰਦ ਕਰਾਉਣੇ ਆ, ਨਵੇਂ ਖੋਲਣੇ ਇਹ ਭੁੱਲ ਜਾਣ। ਉਹੀ ਤਾਂ ਗੱਲ ਹੈ ਨਾ ਵੀਰ ਜੀ, ਜਿਹੜੇ ਪੁਰਾਣੇ ਡੇਰੇ ਉਹ ਤਾਂ ਕੀ ਬੰਦ ਕਰਾਉਣੇ ਸੀ, ਉਹਨਾਂ ਡੇਰਿਆਂ 'ਚ ਚਰਚਾਵਾਂ ਡਿਜੀਟਲ ਤਰੀਕੇ ਨਾਲ ਚੱਲ ਪਈਆਂ। ਇਹ ਹੁਣ ਨਵਾਂ ਡੇਰਾ ਖੋਲਿਆ ਜਾ ਰਿਹਾ ਜਿਹੜਾ ਕਾਨੂੰਨ ਤੌਰ 'ਤੇ ਵੀ ਲੀਗਲ ਨਹੀਂ, ਪਰ ਕਾਨੂੰਨ ਤੌਰ 'ਤੇ ਛੱਡ ਕੇ ਇਹ ਧਾਰਮਿਕ ਤੌਰ 'ਤੇ ਵੇਖੀਏ, ਜਿਨ੍ਹਾਂ ਨੇ ਸਾਡੇ ਗੁਰੂ ਨੂੰ ਹੱਥ ਪਾਇਆ, ਗੁਰੂ ਦੀ ਬੇਅਦਬੀ ਕੀਤੀ, ਗੁਰੂ ਦੀ ਬੇਅਦਬੀ ਦੇ ਵਿੱਚ ਸਜਾਵਾਂ ਵੀ ਹੋਊਗੀਆਂ ਉਹਨਾਂ ਨੂੰ, ਉਹ ਡੇਰੇ ਕਿਵੇਂ ਖੋਲਣਗੇ? ਵੀ ਕਿਸੇ ਵੀ ਹਾਲ ਦੇ ਵਿੱਚ ਉਹ ਡੇਰਾ ਨਹੀਂ ਖੋਲਣ ਦੇਵਾਂਗੇ। ਉਹਨਾਂ ਨੇ ਜੇ ਸਹਿਯੋਗ ਕੀਤਾ ਤਾਂ ਕੋਈ ਵੀ ਸਿੱਖ ਉਸ ਡੇਰੇ ਵੱਲ ਨੂੰ ਨਹੀਂ ਗਿਆ। ਜੇ ਇਹ ਆਪਦੀ ਡਿਊਟੀ ਇੱਦਾਂ ਹੀ ਨਿਭਾਉਂਦੇ ਰਹਿਣਗੇ ਕੋਈ ਸਿੱਖ ਡੇਰੇ ਉਹਨਾਂ ਦੇ ਉਹਨੂੰ ਨਹੀਂ ਜਾਊਗਾ। ਪਰ ਜੇ ਉਹਨਾਂ ਨੇ ਕੋਈ ਮਾੜੀ ਰਤਾ ਜਿੰਨੀ ਵੀ ਸੂਈ ਦੇ ਨੱਕੇ ਜਿੰਨੀ ਵੀ ਗੱਲ ਇੱਧਰ ਉੱਧਰ ਕੀਤੀ ਤੇ ਸਿੱਖਾਂ ਨੂੰ ਫਿਰ ਆ ਸਾਡੇ ਕੋਲ ਇਨਸਾਫ ਲੈਣ ਲਈ ਸਾਡੇ ਕੋਲ ਭਗਉਤੀ ਹੈਗੀ ਆ। ਜੋ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮੱਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਆਪ ਜੀ ਨੂੰ ਪਤਾ, ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ। ਅੱਜ ਜਿਹੜਾ ਮੁੱਦਾ ਲੈ ਕੇ ਆਏ ਹਾਂ ਇਹਦਾ ਬੜਾ ਲੰਮੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਪੰਜਾਬ ਦੀ ਧਰਤੀ 'ਤੇ। ਮੈਂ ਕਹਾਂ ਵੀ ਇਸ ਮੁੱਦੇ ਕਰਕੇ ਇਹ ਲਾਂਬੂ ਲੱਗੇ ਨੇ, ਉਹਦਾ ਸੰਬੰਧ ਹੈ ਝੂਠਾ ਸਾਧ ਦੇ ਨਾਲ, ਸਰਸਾ ਸਾਧ ਦੇ ਨਾਲ। ਰਾਮ ਰਹੀਮ ਦੇ ਡੇਰੇ ਪੰਜਾਬ ਦੀ ਧਰਤੀ 'ਤੇ ਦੁਬਾਰਾ ਖੁੱਲ੍ਹਣ ਦੀ ਤਦਾਦ 'ਤੇ ਨੇ। ਪਿਛਲੇ ਦਿਨਾਂ ਦੇ ਅੰਦਰ ਸੁਨਾਮ ਦੇ ਵਿੱਚ ਔਰ ਇਸ ਵਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹਕੂਮਤ ਸਿੰਘ ਵਾਲਾ ਚਾਰਦਵਾਰੀ ਹੋ ਗਈ ਸੀ। 2 ਕਿੱਲੇ ਉਹਨਾਂ ਨੇ ਲਗਭਗ ਜ਼ਮੀਨ ਖਰੀਦ ਕੇ ਚਾਰਦਵਾਰੀ ਕਰ ਲਈ ਸੀ। ਜਦੋਂ ਸਿੰਘਾਂ ਨੂੰ ਪਤਾ ਲੱਗਾ, ਸਿੰਘਾਂ ਨੇ ਅੱਜ ਉੱਥੇ 10 ਦਿਨ ਪਹਿਲਾਂ ਮੰਗ ਪੱਤਰ ਵੀ ਦਿੱਤਾ ਸੀ। ਅੱਜ SSP ਸਾਹਿਬ ਦੇ ਨਾਲ ਮੀਟਿੰਗ ਵੀ ਹੋਈ, ਪਿੰਡ ਦੇ ਵਿੱਚ ਇਕੱਠ ਵੀ ਹੋਇਆ। ਪੰਥ ਦੀਆਂ ਮਹਾਨ ਸ਼ਖਸੀਅਤਾਂ ਔਰ ਪੰਥਕ ਆਗੂ ਸਾਰੇ ਸਾਡੇ ਕੋਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸਾਰੇ ਆਗੂਆਂ ਦਾ ਆਪਣੇ ਚੈਨਲ 'ਤੇ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਜਨਾਲਾ ਸਾਹਿਬ, ਕਿਵੇਂ ਵੇਖਦੇ ਇਹ ਘਟਨਾਕ੍ਰਮ? ਕਾਫੀ ਲੰਮੇ ਸਮੇਂ ਤੋਂ ਆਪਾਂ ਵੇਖਦੇ ਹਾਂ ਵੀ ਸਰਸੇ ਵਾਲੇ ਨੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਔਰ ਕਦੀ ਉਹ ਬੇਅਦਬੀਆਂ ਹੋ ਜਾਂਦੀਆਂ, ਚੈਲੇਂਜ ਕਰਕੇ ਉਹ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੱਕਦੇ ਨੇ। ਥੋੜ੍ਹੇ ਦਿਨਾਂ ਬਾਅਦ ਉਹ ਪੋਸਟਰ ਵੀ ਲਾਉਂਦੇ ਨੇ ਵੀ ਗੁਰੂ ਤੁਹਾਡਾ ਸਾਡੇ ਕੋਲ ਹੈ। ਉਦੋਂ ਬਾਅਦ ਗਲੀਆਂ 'ਚ ਅੰਗ ਖਿਲਾਰੇ ਜਾਂਦੇ, ਸਿੰਘ ਸ਼ਹੀਦ ਹੋ ਜਾਂਦੇ, ਇਨਸਾਫ ਅਜੇ ਮਿਲ ਨਹੀਂ ਰਿਹਾ, ਪਰ ਉਦੋਂ ਇੱਕ ਨਵਾਂ ਇੱਕ ਡੇਰਾ ਖੁੱਲ੍ਹਣ ਜਾ ਰਿਹਾ। ਮੈਂ ਆਪਣੇ ਵੱਲੋਂ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਦੇ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਸਿੱਖਾਂ ਨੂੰ ਭਲੀ ਭਾਂਤ ਪਤਾ ਹੈ 1947 ਵਿੱਚ ਹਿੰਦੁਸਤਾਨ ਆਜ਼ਾਦ ਹੋ ਗਿਆ ਅਤੇ ਸਿੱਖ ਅਜੇ ਵੀ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ, ਜੋ ਕਿ 2015 ਵਿੱਚ ਧੰਨ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤਾ ਗਿਆ, ਪਰ ਅੱਜ ਤੱਕ ਉਹ ਸਿੱਖਾਂ ਨੂੰ ਪ੍ਰਾਪਤ ਨਹੀਂ ਹੋ ਸਕੇ। ਹਾਈ ਕੋਰਟ ਦੇ ਆਦੇਸ਼ ਅਨੁਸਾਰ ਇੱਕ ਸਿੱਟ ਬਣੀ ਸੀ, ਉਹ ਸਿੱਟ ਦੇ ਮੁਖੀ IG ਪਰਮਾਰ ਸਨ। ਉਹਨਾਂ ਨੇ ਰਿਪੋਰਟ ਤਿਆਰ ਕਰਕੇ ਭਗਵੰਤ ਮਾਨ ਨੂੰ ਅਤੇ ਭਗਵੰਤ ਮਾਨ ਨੇ ਸਾਨੂੰ ਦਿੱਤੀ ਸੀ। ਉਸ ਰਿਪੋਰਟ ਦੇ ਦੌਰਾਨ ਜਿਹੜਾ ਸਰਸੇਵਾੜਾ ਰਾਮ ਰਹੀਮ ਆ ਇਹ ਮੇਨ ਮੁੱਖ ਦੋਸ਼ੀ ਮੰਨਿਆ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਬੇਅਦਬੀ ਕਰਦਾ ਅਤੇ ਕਰਵਾਉਂਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਚੋਰੀ ਕਰਵਾਉਂਦਾ। ਗੁਰਮੁਖੋ ਉਹਦਾ ਕੋਈ ਵੀ ਧਰਮ ਨਹੀਂ, ਨਾ ਹਿੰਦੂ ਆ, ਨਾ ਈਸਾਈ ਆ, ਨਾ ਸਿੱਖ ਆ ਅਤੇ ਨਾ ਮੁਸਲਮਾਨ, ਉਸ ਬੰਦੇ ਦਾ ਕੋਈ ਵੀ ਧਰਮ ਨਹੀਂ। ਪਰ ਜੇ ਵੀ ਨਹੀਂ, ਪਰ ਉਹਦੇ 'ਤੇ ਬਲਾਤਕਾਰ ਦੇ ਇਲਜ਼ਾਮ ਵੀ ਨੇ, ਉਹ ਤਾਂ ਸਮਾਜਿਕ ਉਹਦੇ ਵਿੱਚ ਕ੍ਰਿਤੀਆਂ ਨੇ, ਉਹ ਕ੍ਰਿਤੀਆਂ ਕੋਰਟ ਨੇ ਯਾਰ ਕੀਤੀਆਂ, ਉਹਨਾਂ ਕ੍ਰਿਤੀਆਂ ਦੀ ਕੋਰਟ ਦੁਆਰਾ ਉਹਨੂੰ ਸਜ਼ਾ ਵੀ ਮਿਲੀ ਆ। ਪਰ ਜੇ ਉਹ ਰਾਮ ਰਹੀਮ ਸਰਕਾਰ ਦੇ ਸਹਾਰਾ ਲੈ ਕਰਕੇ ਕਿਸੇ ਵੀ ਪਿੰਡ ਦੇ ਵਿੱਚ, ਇਹ ਹਕੂਮਤ ਸਿੰਘ ਵਾਲੇ ਦੀ ਗੱਲ ਨਹੀਂ, ਕਿਸੇ ਵੀ ਪਿੰਡ ਦੇ ਵਿੱਚ ਆਪਣਾ ਕੋਰਟ ਦਾ ਡੇਰਾ ਬਣਾਉਣ ਦਾ ਪ੍ਰਬੰਧ ਜਾਂ ਕਾਰਜ ਕਰੇਗਾ, ਇੱਥੇ ਖੂਨ ਖਰਾਬਾ ਹੋਵੇਗਾ,
जेकर सरकार अते प्रशासन ने उहदे बणदे डेरे ते पाबंदी ना लाई उत्थे खून खराबा होगा। खून खराबे दा जिम्मेवार भगवंत मान ते उहदा सरकार दा प्रशासन होवेगा। इस करके अज फिरोजपुर जिले दे SSP दे नाल धार्मिक जथेबंदियां वालों मीटिंग की गई आ। उन्हें सानू विश्वास दवाया कि असीं कदे वास्ते इहो जिहा काम नहीं होण देवांगे। पर मैं सिखां नूं भी बेनती करदा हां कि सरकार ते प्रशासन ते सानू निरपर विश्वास नहीं करना चाहिए, अपनी तैयारी रखनी चाहिए आ। असीं लंबा समां जिहड़ा ना वो जलालत का बतीत किया, पर हुण जलालत का सामना नहीं करना। असी कृपान दे जोर ते गुरु ग्रंथ साहिब जी महाराज सच्चे पातशाह का ओट आसरा लै करके पंजाब की धरती ते किसी भी पिंड नहर शहर नगर कस्बे दे विच उहदा इहो जिहा डेरा कदे वास्ते नहीं बन देवांगे। हाँ जी, एक बार उन्होंने रोक ला दी आ, सानू विश्वास भी दवाया भी ऐदों गां अगे उसकी उसारी नहीं होगी। सानू हर तरह का विश्वास उन्होंने दवाया भी असी कानूनी कार्रवाई करांगे, पर जिहड़ी इमारत बनती आ उहदी उसारी ते भी रोक लाई है। ते खोसा साहब किवें वेखदे जे ये सारे घटनाक्रम नूं भी सरसे वाले समय समय से पैरोल भी दिती जाती है, कल्ली पैरोल ही नहीं दिती जाती, उन्हूं प्रचार करन दी आग्या भी दिती जाती है, हुण नवें डेरे भी खोल रहे ने, पिछले दिनों च पैलसां दे विच इन्हां दे प्रचार होया। देखो जी, जिहड़ी गल प्रचार दी आ, प्रचार होण दी, प्रचार तां उहदा रुकिया नहीं जी, प्रचार तां उहदा डिजिटल तरीके नाल वी हुंदा रिहा, पर सरकारां लारा कुछ लाउंदियां वा, कहिंदियां कुछ आ, करदियां कुछ आ। जदों आई जी परमार दी जिहड़ी सैट आ उहने उहनूं दोषी करार देता, मास्टर माइंड करार देता, ते जे जिहड़ा बंदा मास्टर माइंड करार दे दिता गया वा ते फिर उहदियां जिहड़ियां चुंझ चर्चा हैगियां जिहनूं इह नाम चर्चा कहिंदे उह क्यों हुंदियां, डेरे सलावतपुरे जिहड़ी हुंदी आ सिक्खां नूं चढ़ाउण वास्ते हुंदी आ, जिहड़े सिख रोकण जांदे उहनां नूं फड़दे आ। हुण आ गई गल इत्थे ऑर्गेनिक खेती दे नां दे उत्ते नवां सदयंत्र रच के 14 कनाल जमीन लै के उहदी चारदवारी की गई। जदों उहदी चारदवारी की गई आ, जब सिख संगतां नूं पता लगा, साढ़े इत्थों भाई लखवीर सिंह महालम ते होर सिंघां ने इकट्ठे होकर मंग पत्र दिता, मंग पत्र का कोई असर नहीं होया। 6 जून का गल सी ते इन्हां ने कोई गल ना की। 6 जून तो बाद अवाल आया, वख-वख थावां तों सिंघां ने वीडियो पा के जां अपने लैवल ते गल करके इहनूं जदों जारी रख्या ते फिर प्रशासन हरकत च आया ते प्रशासन ने बंद कराया। जिहड़ा बंद कराता उहदे लई असीं धन्नवाद करदे हां, परंतु इस जिहड़ी चिण गया इहनूं जिंदा रखण वास्ते अज सिंघां दा वड्डा इकट्ठ हुकूमत सिंह वाला गुरद्वारा लोह लंगर साहब विखे होया सीगा, उत्थे मता पास किया गया आ कि 2 जुलाई दिन ऐतवार, 2 जुलाई दिन ऐतवार नूं फिर सिंघां दा इकट्ठ किया जाऊगा हुकूमत सिंह वाले। जे उदण तक ठीक ठाक चलता रहा, स्थिति ज्यों दी त्यों रही तो ऑल द बेस्ट है, ठीक है, नहीं तो फिर महाराज ने कहा अपने हथी अपना आपे का सवारीए वाली गल जिहड़ी होगी, फिर सिंघां नूं जिहड़ा आप करना पऊगा, आप बंद करवाउणा पऊगा, फिर उहदे विच जान माल जो भी कोई नुकसान हुंदा उहदा जिम्मेवार मौजूदा इत्थों दा प्रशासन ते समें दी सरकार होगी। तिखे फैसले लै जाणगे, बिल्कुल तिखे, फिर तां कोई गल ही नहीं हैगी, आर पार दी गल होगी। असीं कोई भी, क्योंकि बहुत सारियां कानूनी उहदे विच पचीदियां भी हैगियां कि उह नहीं उत्थे कर सकदे हैगे, ते दूजियां कानून वालियां गल्लां छड्ड के जिहड़े बंदे ने गुरु ग्रंथ साहिब दे अंग गलियां च खलारे होण उह भी टारगेट करके पोस्टर ला के तुहाडा सिखां दा गुरु साढ़े कोल लभ सकदे, लभ लो। मलके वाली बेअदबी च 3-3 साल की भावें सज़ा थोड़ी हुई आ, पर दोषी का ठप्पा लग गया। जिहड़ी संस्था दे लोग गुरु ग्रंथ साहिब दे दोषी होण, उस संस्थावां दे संस्था दे नुमाइंदियां नूं किसी तरह का भी पखंड पंजाब की धरती के उत्ते डेरा बना के असीं ना करन देवांगे। नवें डेरे तो हर गज नहीं खुलन देवांगे, आने वाले समय च जथेबंदियां दे नाल मिल के असीं हो सकदा पुराणियां वाले बन्ने नूं जाइए भी पुराने किवें बंद कराने आ, नवें खोलने ये भुल जाण। प्रशासन ने देखो जी, हुण मौजूदा SSP साहब ने, DSP साहब, SPD सारिया ने विश्वास दवाया, बंद कराई आ गल, उन्होंने असी इस गल की धनवादी हाँ, ज असी उन्होंने जे सहयोग किया तो कोई भी सिख उस डेरे वालू नहीं गया। जे ये आपकी ड्यूटी इदा ही नभाते रहनगे कोई सिख डेरे उन्होंने ओडू नहीं जाऊगा, पर जे उन्होंने कोई माड़ी रता जिनी भी सूई दे नक्के जिनी भी गल इधर उधर की तो सिखा फिर आडे को इंसाफ लैन लाडे को भगौती हैगी आ, जो भी सानू करना पाया उसी करांगे। हाँ जी, पंजग्रही साहब, तुसी भी ये संताप झल्लिया सरसे वाले जो लांबू लाया तो किवें वेखदे नवां डेरा फिर खुलन जा रहा?
ਉਹੀ ਤਾਂ ਗੱਲ ਹੈ ਨਾ ਵੀਰ ਜੀ, ਜਿਹੜੇ ਪੁਰਾਣੇ ਡੇਰੇ ਉਹ ਤਾਂ ਕੀ ਬੰਦ ਕਰਾਉਣੇ ਸੀ, ਉਹਨਾਂ ਡੇਰਿਆਂ 'ਚ ਚਰਚਾਵਾਂ ਡਿਜੀਟਲ ਤਰੀਕੇ ਨਾਲ ਚੱਲ ਪਈਆਂ। ਇਹ ਹੁਣ ਨਵਾਂ ਡੇਰਾ ਖੋਲਿਆ ਜਾ ਰਿਹਾ ਜਿਹੜਾ ਕਾਨੂੰਨ ਤੌਰ 'ਤੇ ਵੀ ਲੀਗਲ ਨਹੀਂ, ਪਰ ਕਾਨੂੰਨ ਤੌਰ 'ਤੇ ਛੱਡ ਕੇ ਇਹ ਧਾਰਮਿਕ ਤੌਰ 'ਤੇ ਵੇਖੀਏ, ਜਿਨ੍ਹਾਂ ਨੇ ਸਾਡੇ ਗੁਰੂ ਨੂੰ ਹੱਥ ਪਾਇਆ, ਗੁਰੂ ਦੀ ਬੇਅਦਬੀ ਕੀਤੀ, ਗੁਰੂ ਦੀ ਬੇਅਦਬੀ ਦੇ ਵਿੱਚ ਸਜਾਵਾਂ ਵੀ ਹੋਊਗੀਆਂ ਉਹਨਾਂ ਨੂੰ, ਉਹ ਡੇਰੇ ਕਿਵੇਂ ਖੋਲਣਗੇ? ਵੀ ਕਿਸੇ ਵੀ ਹਾਲ ਦੇ ਵਿੱਚ ਉਹ ਡੇਰਾ ਨਹੀਂ ਖੋਲਣ ਦੇਵਾਂਗੇ, ਸਾਰੀ ਸੰਗਤ ਰਲ ਕੇ ਉਹ ਡੇਰੇ ਨੂੰ ਬੰਦ ਕਰਾਓ। ਹਾਂਜੀ ਸੇਖੋ ਸਾਹਿਬ, ਤੁਹਾਡਾ ਪਿੰਡ ਹਕੂਮਤ ਸਿੰਘ ਵਾਲਾ ਹੈ, ਅਤੇ ਕਿਵੇਂ ਵੀ ਇਹ ਜਗ੍ਹਾ ਕਦੋਂ ਦੀ ਖਰੀਦੀ ਹੈ? ਸੰਗਤ ਨੂੰ ਪਤਾ ਲੱਗੇ ਵੀ ਕਿੰਨਾ ਚਿਰ ਹੋ ਗਿਆ ਹੁਣ ਖਰੀਦੀ ਹੈ ਕਿ 2-3 ਸਾਲ ਪਹਿਲਾਂ ਖਰੀਦੀ ਹੈ, ਕਿ ਬੰਦਾ ਕਿੱਥੋਂ ਦਾ ਤੁਹਾਡਾ ਤਾਂ ਪਿੰਡ ਨਗਰ ਤੁਹਾਨੂੰ ਪਤਾ? ਦੇਖੋ ਇਹ ਸਾਲ ਕੁ ਪਹਿਲਾਂ ਇਹਨਾਂ ਨੇ ਜ਼ਮੀਨ ਖਰੀਦੀ ਸੀਗੀ, ਸਾਲ ਪਹਿਲਾਂ? ਹਾਂਜੀ, ਉਦੋਂ ਜਦੋਂ ਗੱਲ ਹੋਈ ਅਸੀਂ ਪਤਾ ਕਰਾਇਆ ਵੀ ਕਿਹਨੇ ਲਈ ਆ, ਤਾਂ ਇਹ ਗੱਲ ਦੱਸੀ ਗਈ ਵੀ ਇਹ ਕੋਈ ਖੇਤੀਬਾੜੀ ਵਾਲਾ ਪ੍ਰੋਜੈਕਟ ਇੱਥੇ ਆ ਰਿਹਾ ਜੀ। ਬਾਅਦ ਦੇ ਵਿੱਚ ਇਹ ਵੀ ਗੱਲ ਆਈ ਵੀ ਇਹ ਜ਼ਮੀਨ ਡੇਰੇ ਵਾਲਿਆਂ ਨੇ ਵੇਚਤੀ ਆ, ਉਹਨਾਂ ਤੋਂ ਵੀ ਡੇਰਾ ਬਣਾਉਣਾ ਸੀ, ਨਹੀਂ ਬਣ ਸਕਿਆ। ਫਿਰ ਹੁਣ ਜਦੋਂ ਕੰਧਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਦੋਂ ਪਤਾ ਲੱਗਿਆ ਵੀ ਇਹ ਡੇਰੇ ਵਾਲੇ, ਕਿਉਂਕਿ ਜਿਹੜੇ ਕੰਮ ਕਰ ਰਹੇ ਆ ਨਾਲ ਕੰਧਾਂ ਦੇ ਮਿਸਤਰੀ ਵਗੈਰਾ ਜਾਂ ਹੋਰ, ਵੀ ਉਹ ਇਹਦੇ ਨਾਲ ਸੰਬੰਧਿਤ ਹੈਗੇ। ਫੋਟੋ ਲਾਉਣਗੇ, ਸਲੋਗਨ ਲਾਉਣਗੇ, ਅਤੇ ਅੰਦਰ ਕਹਿੰਦੇ ਵੀ ਅਸੀਂ ਇਹ ਸਬਜ਼ੀਆਂ ਔਰਗੈਨਿਕ ਖੇਤੀ 14 ਕਨਾਲ 'ਚ ਹੋ ਸਕਦੀ ਹੈ? ਨਹੀਂ, ਐਂ ਤਾਂ ਸਲੋ ਲਾਉਣ ਨਹੀਂ ਦਿੰਦੇ ਕੁਛ ਵੀ ਇਹਨਾਂ ਨੂੰ, ਅਤੇ ਐਕਚੁਅਲ ਵਿੱਚ ਉਹਨਾਂ ਦਾ ਜਿੱਥੋਂ ਤਾਈਂ ਸਾਨੂੰ ਲੱਗਦਾ ਵੀ, ਕਿਉਂਕਿ ਡੇਰਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸਾਡਾ ਬਾਨਾ ਨਹੀਂ, ਉਹ ਮੈਂ ਹੀ ਰੋ ਕੇ ਆਇਆ ਸੀ ਉੱਥੇ ਭਰਤੀ ਪਾਉਣ ਲੱਗੇ ਸੀ। ਮੈਂ ਫੈਕਟਰੀ ਤੋਂ ਸਵਾਹ ਜੀ ਆਉਂਦੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਭਰਤੀ ਨਾ ਪਾਓ, ਸਾਨੂੰ ਸ਼ੱਕ ਡੇਰਾ ਬਣਨਾ। ਇਹ ਹੋ ਗਏ 6 ਮਹੀਨੇ, ਉਦੋਂ ਬਾਅਦ ਭਰਤੀ ਨਹੀਂ ਪਈ, ਰੁਕ ਗਿਆ। ਹੁਣ ਆਈ ਪਿਛਲੇ 15 ਕੁ ਦਿਨਾਂ ਤੋਂ ਉਹਨਾਂ ਨੇ ਜਾਂ ਤਾਂ ਪਾਲਿਸੀ ਬਦਲੀ ਵੀ ਅਸੀਂ ਇਹਨੂੰ ਇੱਕ ਔਰਗੈਨਿਕ ਕੋਈ ਫਾਰਮ ਬਣਾਉਣਾ, ਅਤੇ ਉਹਦੇ ਤਹਿਤ ਅਸੀਂ ਤਾਂ ਇਹ ਬਣਾ ਰਹੇ ਹਾਂ, ਪਰ ਅਸਲ ਉਹਨਾਂ ਦੀ ਮਨਸ਼ਾ ਆਪਾਂ ਨੂੰ ਪਤਾ ਵੀ ਉਹਨਾਂ ਨੇ ਇੱਕ ਆਪਦਾ ਸਾਧਨ ਬਣਾਇਆ ਪ੍ਰਚਾਰ ਦਾ। ਹਾਂਜੀ ਬਿਲਕੁਲ, ਪ੍ਰਚਾਰ ਲਈ, ਅਤੇ ਨਾਲ ਹੀ ਉੱਥੇ ਜੇ ਦੇਖਿਆ ਜਾਵੇ ਤਾਂ ਤਕਰੀਬਨ ਜਿਹੜੀਆਂ ਕਾਨੂੰਨੀ ਮਾਪਦੰਡ ਆ ਜਿਹੜੀਆਂ ਉਹਨਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ, ਹਾਈਵੇ 'ਤੇ ਰੋਡ ਰੱਖੇ, ਗੇਟ ਰੱਖਿਆ ਗਿਆ, ਅਗਲੇ ਪਾਸੇ ਜਗ੍ਹਾ ਨਹੀਂ ਛੱਡੀ ਗਈ, ਅਤੇ ਉੱਥੇ ਕੁਛ ਜੋ ਮੇਰੀ ਸਮਝ 'ਚ ਆ ਵੀ ਉੱਥੇ ਜਿਹੜੀ ਆਪਣਾ ਜੰਗਲਾਤ ਮਹਿਕਮੇ ਦੇ ਦਰਖਤ ਵੀ ਹੋਣਗੇ, ਉਹ ਕਿਉਂਕਿ ਜੋ ਰੋਡ ਬਣਿਆ ਉਦੋਂ ਬਾਅਦ ਬਹੁਤ ਦਰਖਤ ਲਾਏ ਗਏ ਆ, ਅਤੇ ਉਹ ਰਾਹ ਦੇ ਮੂਹਰੇ ਕੋਈ ਦਰਖਤ ਸਾਨੂੰ ਨਜ਼ਰ ਨਹੀਂ ਆ ਰਿਹਾ, ਕੋਈ ਛੋਟਾ ਦਰਖਤ ਹੋਊਗਾ ਤਾਂ ਉਹ ਵੀ ਉਹਨਾਂ ਨੇ ਮੈਨੂੰ ਲੱਗਦਾ ਖਤਮ ਕੀਤੇ ਗਏ ਆ। ਸੋ ਸਾਰੀਆਂ ਧੱਜੀਆਂ ਉਡਾਈਆਂ, ਸਕੂਲ ਵੀ ਨੇ? ਹਾਂਜੀ ਸਕੂਲ ਵੀ ਆ, ਲਾਗੇ ਹੈਗਾ, ਇੰਡਸਟਰੀ ਵੀ ਹੈਗੀ ਆ। ਸੋ ਸਾਰੀਆਂ ਧੱਜੀਆਂ ਉਡਾ ਕੇ ਉਹ ਬਣਾ ਰਹੇ ਆ, ਅਤੇ ਉਹਦੇ ਬਾਬਤ ਹੀ ਅੱਜ ਅਸੀਂ ਇੱਥੇ ਆਏ ਸੀਗੇ। ਮਾਲਮ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਧਿਆਨ 'ਚ ਆਉਂਦਾ ਅਤੇ ਤੁਸੀਂ ਇੱਥੇ ਮੰਗ ਪੱਤਰ ਵੀ ਦਿੰਦੇ DC ਸਾਹਿਬ ਨੂੰ, SSB ਸਾਹਿਬ ਨੂੰ, ਅਤੇ ਉਹਦੇ 'ਤੇ ਗੌਰ ਹੋਈ ਹੈ? ਵੇਖੋ ਜੀ, ਜਦੋਂ ਮੰਗ ਪੱਤਰ ਪਤਾ ਲੱਗਾ ਕਿਹਨਾਂ ਦੇ ਫੋਨ ਆਇਆ ਵੀ ਡੇਰਾ ਬਣ ਰਿਹਾ, ਪਹਿਲਾਂ ਸਭ ਤੋਂ ਪਟਵਾਰੀ ਨਾਲ ਗੱਲ ਕੀਤੀ, ਪਟਵਾਰੀ ਤੋਂ ਪਤਾ ਕਰਾਇਆ ਵੀ ਇਹ ਡੇਰੇ ਵਾਲੀ ਪੈਲੀ ਖਰੀਦੀ ਆ, ਉਦੋਂ ਬਾਅਦ ਵਿੱਚ ਉਹ ਨਕਲ ਲਈ, ਨਕਲ ਤੋਂ ਸਾਰਾ ਪਤਾ ਕਰਾਇਆ, ਅਤੇ ਉਦੋਂ ਬਾਅਦ ਵਿੱਚ ਲਿਖਤੀ ਮੰਗ ਪੱਤਰ ਇੱਕ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਂ 'ਤੇ, ਇੱਕ DC ਫਿਰੋਜ਼ਪੁਰ ਨੂੰ, ਇੱਕ SSP ਫਿਰੋਜ਼ਪੁਰ ਨੂੰ ਦਿੱਤਾ ਗਿਆ ਵੀ ਆਹ ਡੇਰਾ ਬਣ ਰਿਹਾ, ਇਹਨੂੰ ਰੋਕੋ। ਫਿਰ ਉਸ ਦਿਨ ਤਾਂ ਕੋਈ ਗੌਰ ਨਹੀਂ ਹੋਈ, ਬਾਅਦ ਵਿੱਚ ਕਿਤੋਂ ਫਿਰ 9 ਤਰੀਕ ਦੀ ਕਾਲ ਦਿੱਤੀ ਵੀ 6 ਜੂਨ ਤੱਕ, 9 ਤਰੀਕ ਦੀ ਕਾਲ ਤੋਂ ਬਾਅਦ ਅੱਜ ਦੇ ਦਿਨ ਦੀ ਕਾਲ ਸੀ, ਅਤੇ ਅੱਜ ਉਹਨਾਂ ਕੱਲ੍ਹ ਦਾ ਉਹਨਾਂ ਨੂੰ ਜ਼ੋਰ ਪਾਇਆ ਪੂਰਾ ਵੀ ਅਸੀਂ ਦੋਨਾਂ ਨੇ ਰੋਕਣੇ ਆ। ਕੱਲ੍ਹ ਉੱਥੇ ਗਿਆ ਡਿਪਟੀ ਵੀ ਗਿਆ, ਸਾਰੇ ਅਫਸਰ ਗਏ, ਉਹਨੂੰ ਬੰਦ ਇੱਕ ਵਾਰੀ ਬੰਦ ਕਰਾਤਾ। ਅਸੀਂ ਚਾਹੁੰਦੇ ਹਾਂ ਪੱਕੇ ਤਰ੍ਹਾਂ ਪੰਜਾਬ ਦੀ ਧਰਤੀ 'ਤੇ ਬੈਨ ਲੱਗੇ, ਇਹੋ ਜਿਹੇ ਬਲਾਤਕਾਰੀ ਪਖੰਡੀ ਦਾ ਡੇਰਾ ਪੰਜਾਬ ਧਰਤੀ 'ਤੇ ਨਹੀਂ ਖੁੱਲ੍ਹਣਾ ਚਾਹੀਦਾ। ਉਹਨੇ ਵੇਖੋ ਸਜ਼ਾ ਦਿੱਤੀ, ਸਰਕਾਰ ਕਿਉਂ ਉਹਨੂੰ ਪ੍ਰਚਾਰ ਦੀ ਪਰਮਿਸ਼ਨ ਦੇ ਰਹੀ, ਕੀ ਕਾਰਨ ਮੰਨਦੇ? ਉਹ ਸਰਕਾਰ ਤਾਂ ਵੀਰ ਉਹਨਾਂ ਸਾਰੀਆਂ ਸਰਕਾਰਾਂ ਹੀ ਫੇਲ ਹੋ ਗਈਆਂ, ਡੇਰੇ ਨੇ ਕੀਤੀਆਂ। ਪਹਿਲਾਂ ਤਾਂ ਅਕਾਲੀ ਦਲ ਫੇਲ ਹੋਇਆ ਵੋਟਾਂ ਲੈਣ ਦੀ ਖਾਤਰ, ਉਹਨੇ ਗੁਰੂ ਦੀ ਬੇਅਦਬੀ ਕਰਾਈ ਅਤੇ ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ, ਸਾਡੇ ਜਹੇਦਾਰਾਂ ਨੇ ਮਾਫੀਆਂ ਦਵਾਈਆਂ। ਅੱਜ ਉਹ ਨਾ ਤਾਂ ਉਹ ਜਹੇਦਾਰ ਲੱਭਦਾ ਹੈ ਅਤੇ ਨਾ ਹੀ ਉਸ ਕਿਹੜੀ ਸਰਕਾਰ ਸੀ ਉਹ ਲੱਭਦੀ ਆ। ਉਦੋਂ ਬਾਅਦ ਕੈਪਟਨ ਨੇ ਬੜੇ ਝੂਠ ਬੋਲੇ ਅਤੇ ਗੁਟਕਾ ਸਾਹਿਬ ਦੀ ਹੱਥ ਵਿੱਚ ਫੜ ਕੇ ਸਹੁੰ ਖਾਧੀ, ਉਹ ਵੀ ਲੱਭਾ ਨਹੀਂ ਗਾ ਕੌਮ ਉਦੋਂ ਬਾਅਦ। ਅਤੇ ਹੁਣ ਇਹ ਭਗਵੰਤ ਮਾਨ ਨੂੰ ਕਹਿੰਦੇ ਵੀ ਇਹ ਗੁਰੂ ਗ੍ਰੰਥ 2 ਜਹਾਨ ਦਾ ਮਾਲਕ ਹੈ, ਕਲਕੱਤਾ ਪਾਤਸ਼ਾਹ ਨੇ ਗੱਦੀ ਦੇ ਕੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਮਰੱਥ ਗੁਰੂ ਨੇ, ਅਤੇ ਜਿਨ੍ਹਾਂ ਨੇ ਵੀ ਇਹਨਾਂ ਦੇ ਨਾਲ ਕੋਈ ਵਿਸ਼ਵਾਸਘਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਅੱਜ ਤੱਕ ਖੁਰਾਕ ਕੋਈ ਲੱਭਿਆ ਨਹੀਂ ਗਾ। ਅਤੇ ਤੂੰ ਉਹ ਕਿਹੜੇ ਡੇਰਿਆਂ ਦੀ ਵੋਟਾਂ ਲੈਣੀਆਂ ਖੇੜਾ ਛੱਡ ਕੇ, ਅਤੇ ਕਿਹੜੇ ਕੌਮ ਦੀ ਗੱਲ ਹੈ, ਪੰਜਾਬ ਉਹ ਬਾਹਰ ਦਾ, ਪੰਜਾਬ ਤੋਂ ਬਾਹਰ ਦਾ ਪੰਜਾਬ ਦਾ ਬੰਦਾ ਨਹੀਂ ਗਾ। ਇੱਕ ਹੁੰਦੇ ਤਾਂ ਬਲਾਤਕਾਰ ਦੇ 302 ਦੇ ਕੇਸ ਚੱਲਦੇ ਆ, ਪਰ ਉਹ ਗੁਰੂ ਗ੍ਰੰਥ ਸਾਹਿਬ ਦਾ ਵੀ ਦੋਸ਼ੀ ਆ, ਕੇਸ ਚੱਲਦੇ ਵੱਖਰੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਰੇ ਏਜੰਸੀਆਂ ਨੇ ਇਨਕੁਆਇਰੀਆਂ ਕਰਕੇ ਸਿੱਧ ਕਰਤਾ। ਵੋਟ ਬੈਂਕ ਨੂੰ ਮੱਦੇਨਜ਼ਰ ਰੱਖਿਆ, ਬਿਲਕੁਲ 2024 ਇਲੈਕਸ਼ਨ ਆਉਂਦੇ, ਵੋਟ ਬੈਂਕ ਦੇ ਖਾਤਰ ਉਹ ਸਰਕਾਰਾਂ ਕਰ ਰਹੀਆਂ ਨੇ, ਪਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਤੀ ਆ, ਮੰਗ ਪੱਤਰਾਂ ਵੀ ਕਰਤੀ ਆ, ਦਰਖਾਸਤ ਅੱਜ ਵੀ ਮੀਟਿੰਗ ਕਰ ਲਈ ਆ। ਜੇ ਹੁਣ ਉੱਧਰ ਨੂੰ ਕੋਈ ਦੁਬਾਰਾ ਕੋਸ਼ਿਸ਼ ਹੋਈ
ਤਾਂ ਅਸੀਂ ਫਿਰ ਪਿੱਛੇ ਨਹੀਂ ਹਟਾਂਗੇ, ਅਸੀਂ ਆਪਦਾ ਖਾਲਸਾ ਦੀ ਤਲਵਾਰ 'ਤੇ ਜ਼ੋਰ 'ਤੇ ਫਿਰ ਅਸੀਂ ਰੋਕਾਂਗੇ ਡੇਰਾ, ਸਾਨੂੰ ਜੋ ਮਰਜ਼ੀ ਕਰਨਾ ਪਏ ਕਰਨ ਨੂੰ ਤਿਆਰ ਹਾਂ ਅਤੇ ਅਸੀਂ ਕਿੰਨੀ ਕੁ ਸਾਡੀ ਕੋਸ਼ਿਸ਼ ਕਰ ਰੋਕਾਂਗੇ, ਡੇਰਾ ਨਹੀਂ ਬਣ ਜਾਂਗੇ ਪੰਜਾਬ ਧਰਤੀ 'ਤੇ। ਸੋ ਧੰਨਵਾਦ। ਵੇਖੋ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਇਹੋ ਕਿਹਾ, ਭਾਈ ਖਖਰਾਣਾ ਜੀ ਨਾਲ ਵੀ ਬੇਨਤੀ ਕਰਦੇ ਹਾਂ। ਭਾਈ ਖਖਰਾਣਾ ਜੀ ਆਓ, ਤੁਸੀਂ ਵੀ ਕੀ ਕਹਿਣਾ ਚਾਹੁੰਦੇ? ਤੁਹਾਡਾ ਨਗਰ ਵੀ ਬਿਲਕੁਲ ਨੇੜੇ ਆ ਜੀ, ਅਤੇ ਮਤਲਬ ਇਹ ਸਰਸੇ ਵਾਲਾ ਪ੍ਰਚਾਰ ਕਰ ਰਿਹਾ ਆਪਣਾ ਜੰਗੀ ਪੱਧਰ 'ਤੇ ਜਦੋਂ ਵੀ ਆਉਂਦਾ ਪੈਰੋਲ 'ਤੇ, ਅਤੇ ਹੁਣ ਪਿਛਲੇ ਦਿਨਾਂ ਦੇ ਅੰਦਰ ਪੈਲਸਾਂ ਦੇ ਵਿੱਚ ਪ੍ਰਚਾਰ ਹੋਇਆ, ਅਤੇ ਹੁਣ ਮਤਲਬ ਉਹ ਚਾਹੁੰਦੇ ਨੇ, ਉਦੋਂ ਪੈਲਸਾਂ 'ਚ ਤੁਸੀਂ ਵਿਰੋਧ ਕੀਤਾ ਵੀ ਪਬਲਿਕ ਪਲੇਸ ਇਹ ਸਭ ਦੇ ਸਾਂਝੇ ਨੇ, ਅਤੇ ਇਸ ਲਈ ਤਾਂ ਨਹੀਂ ਉਹ ਡੇਰਾ ਖੋਲ੍ਹ ਰਹੇ ਕਿਤੇ? ਉਹ ਕੋਈ ਨਾ ਕੋਈ ਸਾਧਨ ਬਣਾਉਂਦੇ ਰਹਿੰਦੇ ਆ ਵੀ ਕੋਈ ਢੰਗ ਤਰੀਕਾ ਸਾਡੇ ਪ੍ਰਚਾਰ ਦਾ ਸਾਨੂੰ ਖੜ੍ਹਨ ਨੂੰ ਜਗ੍ਹਾ ਮਿਲੇ, ਕਿਉਂਕਿ ਤੁਸੀਂ ਚੈਨਲਾਂ 'ਤੇ ਹੀ ਵੇਖਿਆ ਹੋਣਾ ਸਾਰਾ ਇਸ ਚੀਜ਼ ਨਾਲ ਤੁਸੀਂ ਸਾਰੇ ਰਿਲੇਟਡ ਆ। ਜਦੋਂ ਸਿਰਸੇ ਵਾਲੇ ਨੇ ਲਾਈਵ ਟੈਲੀਕਾਸਟ ਕਰਨਾ ਸੀਗਾ ਸਲਾਵਤਪੁਰੇ, ਅਤੇ ਅਸੀਂ ਉਦੋਂ 10-15 ਸਿੰਘ ਲੈ ਕੇ ਉੱਥੇ ਉਹਦੇ ਡੇਰੇ ਦੇ ਅੱਗੇ ਜਾ ਕੇ ਨਾਕਾ ਲਾਇਆ ਸੀਗਾ, ਅਤੇ ਸਿੰਘ ਸੀ ਅਸੀਂ 15 ਗਿਣਤੀ ਦੇ, ਪਰ ਅਸੀਂ ਉੱਥੇ ਨਾਕਾ ਲਾਇਆ 2 ਘੰਟੇ ਉਹਨਾਂ ਦੀ, ਘੱਟ ਤੋਂ ਘੱਟ 1000-1200 ਬੱਸ ਰੋਕੀ ਰੱਖੀ। ਫਿਰ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਵੀ ਹੁਣ ਇੱਥੇ ਲੜਾਈ ਝਗੜਾ ਹੋਊ, ਉਹ ਸਾਨੂੰ ਜ਼ਬਰਦਸਤੀ ਬੱਸਾਂ ਹੀ ਧੂ ਕੇ ਗੋਨਿਆਣਾ ਮੰਡੀ ਥਾਣੇ 'ਚ ਲਿਜਾ ਕੇ ਉਹਨਾਂ ਨੇ ਬੰਦ ਕਰਤਾ। ਮੇਰੇ ਕਹਿਣ ਤੋਂ ਭਾਵ ਕਿ ਜਦੋਂ ਵੀ ਉਹ ਯਤਨ ਕਰਦੇ ਆ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ, ਸਿੱਖ ਸੰਗਤਾਂ ਵਿਰੋਧ ਕਰਦੀਆਂ। ਜੇ ਵੱਡੇ ਪੱਧਰ 'ਤੇ ਵਿਰੋਧ ਹੋਵੇ ਤਾਂ ਸ਼ਾਇਦ ਆ ਨਿੱਕੇ ਨਿੱਕੇ ਜਿਹੜੇ ਉਹ ਪੰਗੇ ਲੈਂਦੇ ਆ ਇਹ ਵੀ ਲੈਣੋ ਹਟ ਜਾਣ। 2 ਜੂਨ ਦਾ ਵੱਡਾ ਇਕੱਠ ਰੱਖਿਆ ਆਪ ਜੀ ਨੇ? ਹਾਂ, ਉਹ ਹਾਂ ਇਕੱਠ ਰੱਖਿਆ, ਉਸ ਇਕੱਠ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਸ਼ਾਮਿਲ ਹੋਵਾਂਗੇ, ਅਤੇ ਅਸੀਂ ਉਹਨਾਂ ਡੇਰੇ ਵਾਲਿਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਹਰਕਤਾਂ ਬੰਦ ਕਰ ਦਿਓ, ਕਿਉਂਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹ ਕਿਹੜੀ ਧਾਰਮਿਕ ਪ੍ਰਚਾਰ ਕਰਦੇ ਆ ਜਿਹਦਾ ਮੁਖੀ ਆ ਜਿਹੜਾ ਉਹ ਬਲਾਤਕਾਰਾਂ ਦੇ ਕੇਸ ਦੇ ਵਿੱਚ ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤਦਾ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਦਾ ਦੋਸ਼ੀ ਹੋਵੇ, ਅਤੇ ਉਹ ਅੱਜ ਕਿਹੜਾ ਉਹਨਾਂ ਤੋਂ ਧਰਮ ਪ੍ਰਚਾਰ, ਲੋਕ ਜਿਹੜੇ ਉੱਥੇ ਜਾਣ ਵਾਲੇ ਆ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ, ਉਹ ਕਿਹੜੇ ਧਰਮ ਦਾ ਪ੍ਰਚਾਰ ਉੱਥੋਂ ਸਰਵਣ ਕਰਨਾ ਚਾਹੁੰਦੇ ਆ, ਉਹ ਕਿਹੜੇ ਪ੍ਰਚਾਰ ਤੋਂ ਸੇਧ ਲੈ ਕੇ ਆਪਦੀਆਂ ਜ਼ਿੰਦਗੀਆਂ ਸਵਾਰਨਗੇ ਜਿਨ੍ਹਾਂ ਦਾ ਗੁਰੂ ਖੁਦ ਆ ਜਿਹੜਾ ਉਹ ਬਲਾਤਕਾਰਾਂ ਦੇ ਕੇਸਾਂ ਦੇ ਵਿੱਚ ਸਜ਼ਾ ਭੁਗਤਦਾ ਹੋਵੇ। ਇਸ ਕਰਕੇ ਅਸੀਂ ਇਹ ਹਕੂਮਤ ਵਾਲੇ ਮਸਲੇ 'ਤੇ ਵੀ ਇਹ ਕਹਿੰਦੇ ਹਾਂ ਵੀ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਤਾਂ ਦਵਾਇਆ ਕਿ ਅਸੀਂ ਉਹਨੂੰ ਰੋਕਾਂਗੇ, ਇਹਨਾਂ ਨੇ ਰੋਕਿਆ ਵੀ ਹੈ, ਪਰ ਜੇ ਉਹਨਾਂ ਨੇ ਕਾਰਵਾਈ ਜਾਰੀ ਰੱਖੀ ਇਹਦਾ ਜ਼ਬਰਦਸਤ ਵਿਰੋਧ ਵੀ ਕਰਾਂਗੇ, ਅਤੇ ਭਾਈ ਵਿਰੋਧ ਹੈ ਜਿਹੜਾ ਕਾਨੂੰਨੀ ਪੱਖ ਤੋਂ ਵੀ ਅਸੀਂ ਕਰ ਰਹੇ ਹਾਂ, ਅਤੇ ਫਿਰ ਹੱਥੋਂ ਪਾਈ ਹੋਣ ਤੱਕ ਵੀ ਜਾਵਾਂਗੇ, ਪਰ ਅਸੀਂ ਉਹ ਜਗ੍ਹਾ ਡੇਰਾ ਬਣਨ ਨਹੀਂ ਦੇਵਾਂਗੇ, ਇਹ ਸਾਡਾ ਸਪਸ਼ਟ ਸਟੈਂਡ ਆ। ਸਾਰੀਆਂ ਜਥੇਬੰਦੀਆਂ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਵੀ ਅਸੀਂ ਡੇਰਾ ਨਹੀਂ ਬਣ ਦੇਵਾਂਗੇ। ਇਹ ਪ੍ਰਸ਼ਾਸਨ ਔਰ ਨਵੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਡੇਰਾ ਰੋਕਿਆ ਜਾਵੇ, ਪੰਜਾਬ ਦੇ ਲਾਂਬੂ ਲਾਉਣ ਦੀਆਂ ਇਹ ਸਾਜ਼ਿਸ਼ਾਂ ਨੇ, ਅਤੇ ਇਹ ਚੀਜ਼ਾਂ ਨੂੰ ਰੋਕਿਆ ਜਾਵੇ। ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਟੈਂਡ ਆਪਣਾ ਕਲੀਅਰ ਕਰਤਾ ਜਥੇਬੰਦੀਆਂ ਨੇ, ਪਰ ਹੁਣ ਅਗਲੀ ਕਾਰਵਾਈ ਤੁਸੀਂ ਕਰਨੀ ਹੈ। ਨਵਾਂ ਮੁੱਦੇ ਅਤੇ ਨਵੀਂ ਸ਼ਖਸੀ ਨਾਲ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।